ਹਲਕਾ ਲੰਬੀ ਦੇ ਪਿੰਡ ਭਾਈਕਾ ਕੇਰਾ ਦੇ ਵਿੱਚ ਪਿੰਡ ਦੀ ਪਾਰਲੀਮੈਂਟ ਸੱਜ ਚੁੱਕੀ ਆ। ਪਿੰਡ ਦੀ ਪਾਰਲੀਮੈਂਟ ਜਿੱਥੋਂ ਕਹਿ ਸਕਦੇ ਸਰਪੰਚ ਅਤੇ ਪੰਚਾਂ ਦੀ ਚੋਣ ਹੋਣੀ ਆ ਅਤੇ ਇਹਨਾਂ ਸਰਪੰਚਾਂ ਪੰਚਾਂ ਨੇ ਆਉਣ ਵਾਲੇ 5 ਸਾਲ ਦੇ ਵਿੱਚ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਵਾਉਣੇ ਨੇ। ਹਾਲਾਂਕਿ ਪਿੰਡ ਦੇ ਲੋਕ ਕਿਸ ਤਰੀਕੇ ਦੇ ਨਾਲ ਵੇਖਦੇ ਨੇ, ਉਹਨਾਂ ਦੀ ਡਿਮਾਂਡ ਕੀ, ਆਸਾਂ ਉਮੀਦਾਂ ਕੀ ਆ, ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਸਮੇਂ ਪਿੰਡ ਵਾਸੀ ਮੌਜੂਦ ਨੇ। ਭਾਈ, ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਆ ਅਤੇ ਕਿਵੇਂ ਦਾ ਚੱਲ ਰਿਹਾ ਚੋਣ ਪ੍ਰਚਾਰ ਤੁਹਾਡੇ ਪਿੰਡ ਦੇ ਵਿੱਚ? ਮੇਰਾ ਨਾਮ ਯਾਦਵਿੰਦਰ ਸਿੰਘ ਹੈ। ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਸਾਡੇ ਪਿੰਡ 'ਚ। ਅੱਜ ਸਾਰੇ ਪਿੰਡ ਭਾਈਚਾਰੇ ਨੇ ਇਕੱਠਾ ਹੋਇਆ, ਹਰੇਕ ਵਾਰਡਾਂ ਦੇ ਬੰਦੇ ਇਕੱਠੇ ਕੀਤੇ ਆਪਦੀ ਸਹਿਮਤੀ ਨਾਲ ਵੀ ਆਪਦਾ ਮੈਂਬਰ ਚੁਣੋ, ਆਪਦਾ ਸਰਪੰਚ ਚੁਣੋ। ਸਰਪੰਚ ਚੁਣੇ ਸਾਰੇ ਨੇ ਇਕੱਠੇ ਹੋ ਕੇ ਵਰਿੰਦਰ ਕੌਰ ਨੂੰ ਸਰਪੰਚ ਚੁਣਿਆ ਗਿਆ। ਉਹ ਚੋਣ ਪਿਛਾ ਚੋਣ ਵਾਸਤੇ ਖੜ੍ਹੇ ਹੋਏ ਆ। ਮੈਂਬਰ ਚੁਣੇ ਗਏ ਕੁਛ, ਇੱਕ ਸਾਡੇ ਬੁੱਧ ਸਿੰਘ ਮੈਂਬਰ ਚੁਣੇ ਗਏ ਆ। ਸਰਬਸੰਮਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਇਲੈਕਸ਼ਨ ਹੀ ਹੋਣੀ? ਸਰਬਸੰਮਤੀ ਨਾਲ ਕੋਸ਼ਿਸ਼ ਇਹ ਹੈ, ਸਰਬਸੰਮਤੀ ਨਾਲ ਹੋ ਜੇ, ਪਰ ਬਾਕੀ ਦੇਖੋ ਜਿਵੇਂ ਗਾਂਹ ਪ੍ਰਚਾਰ ਚੱਲਿਆ ਜਾਂ ਕਿਵੇਂ ਲੋਕ ਮੰਨੇ। ਮੈਂ ਉਮੀਦ ਇਹ ਹੈ ਵੀ ਸਰਬਸੰਮਤੀ ਕਰਾਈਏ। ਨਵਾਂ ਜਿਹੜਾ ਸਰਪੰਚ ਅਤੇ ਪੰਚ ਕਿਵੇਂ ਦਾ ਹੋਣਾ ਚਾਹੀਦਾ, ਕਿਉਂਕਿ ਸਰਪੰਚ ਦੀ ਕਹਿੰਦੇ ਬਹੁਤ ਜ਼ਿੰਮੇਵਾਰੀਆਂ ਹੋ ਜਾਂਦੀਆਂ, ਪੜ੍ਹਿਆ ਲਿਖਿਆ ਹੋਵੇ, ਸਰਕਾਰੀ ਦਰਬਾਰੇ ਗੱਲਬਾਤ ਹੋਵੇ ਉਹਦੀ, ਕਿਵੇਂ ਦਾ ਸਰਪੰਚ ਭਾਲਦੇ ਪਿੰਡ ਦੇ ਲੋਕ? ਪਿੰਡ ਦੇ ਵੀ ਉਹਨਾਂ ਦੇ ਕੰਮ ਆਉਣ, ਹਰੇਕ ਟਾਈਮ 'ਤੇ ਦਿਨ ਰਾਤ ਜਦੋਂ ਵੀ ਹੋਵੇ ਉਹਨਾਂ ਦੇ ਕੰਮ ਆਉਣ, ਗਰੀਬਾਂ ਦੇ ਕੰਮ ਆਉਣ, ਅਮੀਰਾਂ ਦੇ, ਜਿਹਨਾਂ ਨੂੰ ਕੰਮ ਆਉਣ, ਵਿਕਾਸ ਕਰਾਉਣ। ਇਹ 'ਚ ਸੂਝਬੀਨ ਪੜ੍ਹੇ ਲਿਖੇ ਨੌ ਚਾਹੀਦੇ ਆ, ਪੜ੍ਹੇ ਲਿਖੇ ਹੈਗੇ, ਉਹ ਕੰਮ ਕਰਨਗੇ। ਵਿਸ਼ਵਾਸ ਦਵਾਇਆ ਵੀ ਸਾਰੇ ਕੰਮ ਪੂਰੇ ਕਰਾਂਗੇ ਅਸੀਂ। ਭਾਈ, ਤੁਹਾਡਾ ਕੀ ਨਾਮ ਆ? ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ। ਗੇਟਾਂ ਦੇ ਕੁੰਡੇ ਖੜਕਣੇ ਸ਼ੁਰੂ ਹੋ ਗਏ ਕਿ ਸਰਪੰਚ ਜਾਂ ਮੈਂਬਰ ਵੋਟ ਮੰਗਣ ਆਇਆ ਵਾ? ਗੇਟਾਂ ਦੇ ਕੁੰਡੇ ਖੜਕਣੇ ਸ਼ੁਰੂ ਹੋ ਗਏ ਜੀ। ਜਿੱਧਰ ਜਾਈਦਾ ਜੀ ਪੂਰਾ ਆਦਰ ਸਤਿਕਾਰ ਕਰਦੇ ਆ ਅਤੇ ਕਹਿੰਦੇ ਆ ਵੀ ਰੌਲੇ ਰੱਪੇ ਤੋਂ ਬਿਨਾਂ ਪਿੰਡ 'ਚ ਸ਼ਾਂਤੀ ਨਾਲ ਇਲੈਕਸ਼ਨ ਹੋਣ ਜੀ। ਵੋਟਾਂ ਮੰਗੀਆਂ ਜਾ ਰਹੀਆਂ ਹੁਣ ਜੀ, ਜ਼ੋਰਾਂ ਸ਼ੋਰਾਂ 'ਤੇ ਮੰਗੀਆਂ ਜਾ ਰਹੀਆਂ ਜੀ, ਪੂਰਾ ਹੰਗਾਰਾ ਵੀ ਮਿਲ ਰਿਹਾ ਜੀ। ਕਿਵੇਂ ਦਾ ਲੱਗਦਾ ਨਵਾਂ ਜਿਹੜਾ ਸਰਪੰਚ, ਕਿਵੇਂ ਦਾ ਹੋਣਾ ਚਾਹੀਦਾ? ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ, ਪੜ੍ਹਿਆ ਲਿਖਿਆਂ ਨੂੰ ਮੌਕਾ ਦੇਣਾ ਚਾਹੀਦਾ, ਅਗਾਂਹ ਵਧੂ ਸੋਚ ਵਾਲਿਆਂ ਨੂੰ ਮੌਕਾ, ਕਿਵੇਂ ਦਾ ਚਾਹੀਦਾ? ਸਰਪੰਚ ਇਮਾਨਦਾਰ ਵਧੀਆ ਹੋਣਾ ਚਾਹੀਦਾ ਜੀ, ਪੜ੍ਹਿਆ ਲਿਖਿਆ ਹੋਣਾ ਚਾਹੀਦਾ ਜੀ, ਗੱਲਬਾਤ ਕਰਨ ਦਾ ਤਰੀਕਾ ਹੋਣਾ ਚਾਹੀਦਾ ਜੀ ਅਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਜੀ। ਸੁਬਹਾ ਸ਼ਾਮ ਨੂੰ ਰਾਤ ਨੂੰ ਲੋੜ ਪੈ ਜੇ ਸਰਪੰਚ ਹਾਜ਼ਰ ਹੋਣਾ ਚਾਹੀਦਾ ਜੀ। ਨੌਜਵਾਨ ਸਾਡੇ ਨਾਲ ਮੌਜੂਦ ਹੈ। ਭਾਈ, ਨਵਾਂ ਸਰਪੰਚ ਚੁਣਨ ਨੂੰ ਚੱਲੇ ਹੋ, ਪਿਛਲੇ ਸਰਪੰਚਾਂ ਨੇ ਕੰਮ ਕੀਤੇ ਜਾਂ ਸਿਰਫ ਦਾਅਵੇ ਕੀਤੇ ਸੀਗੇ? ਨਹੀਂ ਨਹੀਂ, ਕੰਮ ਬਹੁਤ ਹੋਏ ਪਿੰਡ ਦੇ ਵਿੱਚ। ਪਿੰਡ ਦੇ ਵਿੱਚ ਆਪਾਂ, ਤੁਸੀਂ ਇੱਥੇ ਸਾਹਮਣੇ ਬਹੁਤ ਵਿਕਾਸ ਹੋਇਆ ਆਪਣੇ, ਜੋ ਨੌਜਵਾਨਾਂ ਵਾਸਤੇ ਪਹਿਲਾਂ ਗਰਾਊਂਡ ਵੀ ਬਣੇ ਆ, ਸਭ ਕੁਝ ਹੋਇਆ, ਜੋ ਉਹਨਾਂ ਨੂੰ ਲੋੜ ਹੁੰਦੀ ਸੀ, ਜੋ ਵੀ ਕੁਛ ਉਹਨਾਂ ਨੂੰ ਚਾਹੀਦਾ ਸੀ ਸਭ ਕੁਝ ਮਿਲਿਆ ਪਿੰਡ ਦੇ ਵਿੱਚ। ਜੋ ਵੀ ਕੰਮ ਸੀਗਾ ਅੱਜ ਤੱਕ ਸਭ ਕੁਝ ਹੋਇਆ, ਜੋ ਅੱਗੇ ਰਹਿ ਗਏ, ਅਸੀਂ ਜੋ ਵੀ ਸਾਡਾ ਇਲੈਕਸ਼ਨ ਆ ਉਹਨੂੰ ਸਰਪੰਚ ਜੋ ਮੈਂਬਰ ਉੱਠ, ਉਹਨਾਂ ਨੂੰ ਇੱਕ ਹੀ ਸਾਡੀ ਇਹੀ ਦਲੀਲ ਹੈ, ਅਪੀਲ ਹੈ ਵੀ ਜਿਹੜੇ ਕੰਮ ਰਹਿ ਗਏ ਉਹ ਕਰਾਉਣਗੇ। ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵੀ ਅਸੀਂ ਅੱਗੇ ਹੋ ਗਏ, ਸਭ ਤੋਂ ਪਹਿਲਾਂ ਕੰਮ ਕਰਾਵਾਂਗੇ। ਭਾਈ, ਕਿਵੇਂ ਦਾ ਚੱਲ ਰਿਹਾ? ਤੁਹਾਡੇ ਨਾਲ ਗੱਲ ਕਰਦੇ, ਕੋਈ ਨਾ ਉਹਨਾਂ ਕੋਲ ਵੀ ਆਵਾਂਗੇ। ਕਿਵੇਂ ਦਾ ਚੋਣ ਪ੍ਰਚਾਰ ਹੈ ਪਿੰਡ ਦੇ ਵਿੱਚ? ਬਹੁਤ ਵਧੀਆ ਬਾਈ ਜੀ। ਦੇਖੋ, ਉਮੀਦਵਾਰ ਆ ਗਏ ਚੋਣ ਮੈਦਾਨ 'ਚ? ਹਜੇ ਤਾਂ ਟਾਈਮ ਸਮਾਂ ਆਇਆ ਅਤੇ ਹਜੇ ਪਤਾ ਲੱਗੂਗਾ ਵੀ ਕੌਣ ਕੌਣ ਮੈਦਾਨ 'ਚ ਉਤਰਦਾ, ਪਰ ਸਾਡੇ ਵੱਲੋਂ ਪਰਮਾਤਮਾ ਦੀ ਦਿਆ ਨਾਲ ਜਿਹੜੇ ਉਮੀਦਵਾਰ ਠੱਲੇ ਹੋਏ ਆ ਸਾਰੇ ਸਰਬਸੰਮਤੀ ਵਾਲੇ ਹੀ ਹੈ। ਸਾਡੇ ਪਿੰਡ 'ਚ ਗ੍ਰਿੱਡ ਵੀ ਆਪਦਾ ਬਾਈ ਜੀ, ਅਤੇ ਸਟੇਡੀਅਮ ਵੀ ਆਪਦਾ, ਵਾਲੀਬਾਲ ਦਾ ਗਰਾਊਂਡ ਹੈ, ਨਾਈਟ ਵਾਲੀਬਾਲ ਖੇਡਣ ਵਾਸਤੇ ਉੱਥੇ ਲਾਈਟਾਂ ਦਾ ਵੀ ਪ੍ਰਬੰਧ ਹੈਗਾ। ਬਾਕੀ ਕੋਈ ਰਹਿੰਦੇ ਕੰਮ ਹੈ ਜਿਹੜੇ, ਉਹ ਉਮੀਦ ਕਰਦੇ ਆ ਵੀ ਨਵੀਂ ਚੁਣੀ ਜਾਣ ਵਾਲੀ ਪੰਚਾਇਤ ਤੋਂ ਵੀ ਉਹ ਵੱਧ ਤੋਂ ਵੱਧ ਕਰਨਗੇ। ਸਰਕਾਰ ਕਹਿੰਦੀ ਕਿ ਜੇ ਸਰਬਸੰਮਤੀ ਕਰਾਉਣੇ ਤਾਂ ਅਸੀਂ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਵਾਂਗੇ। ਲੱਗਦਾ ਸਰਬਸੰਮਤੀ 'ਚ ਫਾਇਦਾ ਫਿਰ ਪਿੰਡ ਨੂੰ? ਸਰਬਸੰਮਤੀ 'ਚ ਤਾਂ ਬਹੁਤ ਫਾਇਦਾ ਬਾਈ ਜੀ, ਜੇ ਦੇ ਦੇਣ ਤਾਂ। ਦੇਖੋ, ਵਾਅਦਾ ਕਰਨਾ ਅਤੇ ਵਾਅਦੇ 'ਤੇ ਉਤਰਨਾ ਬਹੁਤ ਵੱਡੀ ਗੱਲ ਹੈ, ਜੇ ਦੇ ਦੇਣ ਤਾਂ ਬਹੁਤ ਵਧੀਆ ਗੱਲ ਹੈ। ਸਰਪੰਚ ਸਾਹਿਬ ਨੇ ਜ਼ਿੰਮੇਵਾਰੀ ਲੈ ਲਈ, ਲੋਕਾਂ ਨੇ ਜ਼ਿੰਮੇਵਾਰੀ, ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਰਬਸੰਮਤੀ ਨਾਲ ਜਿਤਾ ਰਹੇ ਹਾਂ, ਲੋਕੀ ਕੀ ਭਰੋਸਾ ਦਿੰਦੇ ਨੇ ਉਹਨਾਂ ਨੂੰ?
ਲੋਕੀ ਤਾਂ ਇਹ ਕਹਿੰਦੇ ਜੀ ਨਸ਼ਾ ਸਭ ਕੁਛ ਸਾਰਾ ਜਿਹੜਾ ਕੰਮ ਜਿਹੜੇ ਕੋਈ ਰਹਿੰਦੇ ਆ ਉਹ ਵੀ ਹੋਣਗੇ ਅਤੇ ਜਿਹੜਾ ਕੋਈ ਨਸ਼ਾ ਪੱਤਾ ਮਾੜਾ ਮੋਟਾ ਵੈਸੇ ਤਾਂ ਸਾਡੇ ਪਿੰਡ 'ਚ ਐਡਾ ਹੈ ਨਹੀਂ ਗਾ, ਜਿਹੜਾ ਕੋਈ ਹੈ ਉਹ ਸਾਰਾ ਖਤਮ ਹੋ ਜੂਗਾ ਮਾੜਾ ਮੋਟਾ। ਪਿਛਲੇ ਸਮੇਂ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਵੋਟ ਪਾਈ ਜਾਊਗੀ? ਹਾਂਜੀ ਹਾਂਜੀ, ਜੇ ਸਰਸਮਤੀ ਨਹੀਂ ਹੁੰਦੀ ਤਾਂ। ਹਾਂਜੀ ਨਹੀਂ, ਵੈਸੇ ਤਾਂ ਜ਼ੋਰ ਤਾਂ ਕੋਸ਼ਿਸ਼ ਦਾ ਹੀ ਹੈ ਸ਼ਾਇਦ ਸਾਡਾ ਪਿੰਡ ਵੈਸੇ ਚੰਗਾ ਵੀ ਸ਼ਾਇਦ ਹੋ ਜੇ, ਜੇ ਨਹੀਂ ਤਾਂ ਵਿਕਾਸ ਕਾਰਜਾਂ ਨੂੰ ਲੈ ਕੇ ਵੋਟ ਪਾਈ ਜਾਊਗੀ। ਪਿਛਲੇ ਸਮੇਂ ਦੇ ਵਿੱਚ ਸਰਪੰਚ ਹੋ ਰਹੇ, ਉਸ ਤੋਂ ਪਿਛਲੇ ਸਮੇਂ ਦੇ ਵਿੱਚ ਹੋ ਰਹੇ ਤੁਹਾਡੇ ਪਿੰਡ, ਤੀਸਰੀ ਟਰਮ ਹੈ, ਤੀਸਰੀ ਟਰਮ 'ਚ ਕਹਿ ਸਕਦੇ ਸਰਪੰਚ ਹਰੇਕ ਟਰਮ ਸਰਪੰਚ ਬਦਲਦੇ ਨੇ? ਹਾਂਜੀ ਹਾਂਜੀ ਹਰੇਕ ਟਰਮ। ਬਈ ਨੌਜਵਾਨਾਂ ਦਾ ਕੀ ਰਿਸਪੋਂਸ ਆ? ਨੌਜਵਾਨਾਂ ਦਾ ਬਹੁਤ ਵਧੀਆ ਰਿਸਪੋਂਸ ਆ ਜੀ। ਨੌਜਵਾਨ ਜਿੰਨਾ ਵੀ ਸਾਡੇ ਪਿੰਡ ਦਾ ਭਾਈਚਾਰਾ ਹੈ ਨਾ ਜੀ, ਸਾਰਾ ਇੱਕ ਮੁੱਠੀ 'ਚ ਹੈ। ਸਰਪੰਚ ਸਾਹਿਬ ਵਧੀਆ ਪੜ੍ਹੇ ਲਿਖੇ ਸੂਝਵਾਨ ਨੇ, ਸਮਝਦੇ ਆ ਗੱਲ ਨੂੰ। ਬਾਕੀ ਨੌਜਵਾਨ ਜਦੋਂ ਪਹਿਲੇ ਸਰਪੰਚ ਸੀਗੇ ਉਹ ਵੀ ਵਧੀਆ ਕੰਮ ਕਰਦੇ ਰਹੇ ਆ, ਉਹ ਜਦੋਂ ਵੀ ਉਹਨਾਂ ਕੋਲ ਕੋਈ ਵੀ ਗੱਲ ਲੈ ਕੇ ਜਾਂਦੇ ਸੀ, ਸਾਨੂੰ ਆਹ ਚੀਜ਼ ਚਾਹੀਦੀ ਸਾਨੂੰ ਮਿਲਦੀ ਰਹੀ ਹੈ। ਗਰਾਊਂਡ ਮਿਲਦਾ ਰਿਹਾ ਜੀ, ਸਕੂਲ 'ਚ ਹੈਗਾ ਜੀ ਪਲੱਸ ਟੂ ਤੱਕ, ਅਤੇ ਹਸਪਤਾਲ ਵੀ ਹੈਗਾ ਜੀ, ਸਭ ਚੀਜ਼ਾਂ ਹੈਗੀਆਂ ਮੌਜੂਦ। ਬਾਕੀ ਜਿਹੜੇ ਨਵੇਂ ਸਰਪੰਚ ਅਸੀਂ ਸਾਰਿਆਂ ਨੇ ਮਿਲ ਕੇ ਚੁਣੇ ਹਾਂ ਜੀ, ਕੋਈ ਇਹ ਪਾਰਦਰਸ਼ੀ ਜਮ੍ਹਾਂ ਕੰਮ ਹੋਇਆ, ਸਭ ਸਰਬਸੰਮਤੀ ਕਰਤੀ ਆ, ਐਲਾਨ ਤੁਹਾਡਾ ਬਾਕੀ ਆ? ਹਾਂਜੀ, ਸਾਡਾ ਪੂਰਾ ਭਰੋਸਾ ਜੀ, ਅਸੀਂ ਸਰਬਸੰਮਤੀ ਦੇ ਵੱਲ ਬਹੁਤ ਜ਼ੋਰ ਦੇ ਰਹੇ ਹਾਂ, ਪਰ ਵੇਖੋ ਅੱਗੇ ਮਹਾਰਾਜ ਨੂੰ ਪਤਾ ਜੀ ਕੀ ਹੁੰਦਾ। ਨੌਜਵਾਨਾਂ ਦਾ ਪੋਲੀਟਿਕਸ ਸੰਬੰਧੀ ਇੰਟਰਸਟ ਦਿਖਾਈ ਦੇ ਰਿਹਾ ਇਸ ਇਲੈਕਸ਼ਨ ਦੇ ਵਿੱਚ? ਅਤੇ ਤੁਹਾਨੂੰ ਨੌਜਵਾਨ ਦਿਖਾਈ ਦੇ ਰਿਹਾ ਜੀ, ਜੇ ਇਸ ਤੋਂ ਇੰਟਰਸਟ ਰਹੇ ਤਾਂ ਹੀ ਖੜ੍ਹੇ ਇੱਥੇ, ਯਾਨੀ ਕਿ ਪੂਰੇ ਖੁੱਬੇ ਹੋਏ ਆ ਪੂਰਾ। ਫਿਰ ਦੇਖੋ ਇਹ ਬਿਲਕੁਲ ਖਾਸ ਤੌਰ 'ਤੇ ਇਹ ਹੋਰ ਵੀ ਗੱਲਬਾਤ ਕਰਾਂਗੇ। ਬਈ ਕੀ ਨਾਮ ਆ ਤੁਹਾਡਾ? ਬਲਜਿੰਦਰ ਸਿੰਘ ਜੀ। ਕਿਵੇਂ ਤਾਂ ਲੱਗ ਰਿਹਾ ਇਸ ਵਾਰ ਦਾ ਚੋਣ? ਬਹੁਤ ਵਧੀਆ ਲੱਗ ਰਿਹਾ ਜੀ। ਚੱਲ ਰਿਹਾ ਪੂਰਾ ਜ਼ੋਰ ਸ਼ੋਰ? ਬਹੁਤ ਵਧੀਆ ਜੀ, ਪੂਰੇ ਫੁੱਲ ਜ਼ੋਰ 'ਤੇ ਜੀ। ਵੋਟਾਂ ਮੰਗਣ ਆ ਰਹੇ ਸਾਰੇ? ਹਾਂਜੀ ਹਾਂਜੀ ਪੂਰੇ। ਪਹਿਲਾਂ ਤਾਂ ਮੈਂਬਰ ਆਉਂਦੇ ਹੋਣੇ, ਨਾਲ ਹੀ ਸਰਪੰਚ ਆਉਂਦੇ ਹੋਣੇ, ਗੇੜਾ ਕੱਢਣ 'ਤੇ? ਹਾਂਜੀ ਹਾਂਜੀ, ਤਾਂ ਹੁਣ ਮੈਂਬਰ ਵੀ ਆ ਰਹੇ, ਸਰਪੰਚ ਵੀ ਆ ਰਹੇ, ਦੋਵੇਂ ਹੀ ਆ ਰਹੇ ਜੀ। ਹਾਂਜੀ ਹਾਂਜੀ। ਇਹ ਸਿਰਫ ਵੋਟਾਂ ਵੇਲੇ ਆਉਂਦੇ ਜਾਂ ਬਾਅਦ 'ਚ ਵੀ ਮਿਲ ਜਾਂਦੇ? ਪਿੰਡ ਦੇ ਵਿੱਚ ਤਾਂ ਕਹਿੰਦੇ ਸਰਪੰਚ ਫੜਨਾ ਸੌਖਾ ਹੋ ਜਾਂਦਾ, ਮਿਲ ਜਾਂਦਾ ਸਰਪੰਚ? ਹਾਂਜੀ ਹਾਂਜੀ, ਸਾਡੇ ਤਾਂ ਸ਼ੁਰੂ ਤੋਂ ਹੀ ਆਏ ਆ, ਸਾਡੇ ਤਾਂ ਜਿੰਨੇ ਵੀ ਸਰਪੰਚ ਪਹਿਲਾਂ ਵੀ ਬਣੇ ਆ, ਵਧੀਆ ਸਾਡੇ ਸਹਿਚਾਰ ਆ ਜੀ ਇੱਥੇ, ਬਹੁਤ ਵਧੀਆ। ਪਿੰਡ 'ਚ ਹੀ ਰਹਿੰਦੇ, ਜੋ ਕਈ ਤਾਂ ਹੁੰਦੇ ਆ ਮੰਨ ਲਓ ਕਈ ਪਿੰਡਾਂ 'ਚ ਸਰਪੰਚ ਬਣ ਜਾਂਦੇ ਤਾਂ ਬਾਅਦ 'ਚ ਸ਼ਹਿਰਾਂ ਸ਼ੁਰਾਂ 'ਚ ਰਹਿਣ ਲੱਗ ਜਾਂਦੇ ਆ, ਉਹ ਸਾਡੇ ਪਿੰਡ 'ਚ ਐਡੀ ਉਹ ਗੱਲ ਹੈ ਨਹੀਂ ਜੀ। ਜੋ ਵੀ ਸਾਡੇ ਪਿੰਡ ਬਣਦਾ ਸਰਪੰਚ, ਪਿੰਡ 'ਚ ਮੌਜੂਦਾ ਸਰਪੰਚ ਰਹਿੰਦਾ ਜੀ, ਅਤੇ ਹਰੇਕ ਬੰਦੇ ਦੇ ਕੰਮ ਆਉਂਦਾ ਜੀ। ਇਹ ਨਹੀਂ ਕੋਈ ਸਿੱਧਾ ਕਹਿਣ ਵਾਲੀ ਗੱਲ ਹੈ ਕਿ ਜਦੋਂ ਜਾ ਕੇ ਮਰਜ਼ੀ ਸਰਪੰਚ ਤੋਂ ਹੱਥ ਫੜ ਕੇ ਸਾਈਨ ਕਰਾ ਲਓ, ਕਰਾ ਸਕਦੇ ਜੀ, ਕਰਾ ਸਕਦੇ। ਸਾਡੇ ਇਹ ਨਹੀਂ ਗਾ ਵੀ ਕੋਈ ਐਂਟੀ ਆ ਜਾਂ ਉਹ ਹੈ, ਇਹ ਭੇਦਭਾਵ ਵੀ ਨਹੀਂ ਰੱਖਿਆ ਜਾਂਦਾ ਜੀ। ਪਾਰਟੀ ਪੱਧਰ ਤੋਂ ਉੱਠੇ ਉੱਪਰ ਉੱਠ ਕੇ ਫੈਸਲੇ ਹੋ ਰਹੇ ਅੱਜ ਪਿੰਡ ਦੇ ਵਿੱਚ? ਹੋ ਰਿਹਾ ਜੀ, ਹੋ ਰਿਹਾ ਜੀ, ਜ਼ਰੂਰ ਜੀ। ਸਰਬਸੰਮਤੀ ਕਰੋਗੇ? ਹਾਂਜੀ ਹਾਂਜੀ, ਜ਼ਰੂਰ ਜੀ, ਜੇ ਹੋਈ ਤਾਂ ਮਾਲਕ ਨੇ ਚਾਹਿਆ ਤਾਂ ਜ਼ਰੂਰ ਕਰਾਂਗੇ। ਕੀ ਲੱਗਦਾ ਪਿਆ, ਕਿਉਂਕਿ ਜਦੋਂ ਪਹਿਲਾਂ ਦੇ ਸਰਪੰਚ ਹੁੰਦੇ ਸੀਗੇ ਉਦੋਂ ਗੱਲਾਂ ਹੋਰ ਹੁੰਦੀਆਂ ਸੀ, ਹੁਣ ਨੌਜਵਾਨ ਪੀੜ੍ਹੀ ਜਾਂ ਟੈਕਨੋਲੋਜੀ ਵੀ ਨਾਲ ਨਾਲ ਵਧਣੀ ਸ਼ੁਰੂ ਹੋ ਗਈ ਹੈ, ਸਰਪੰਚੀ ਦਾ ਕੀ ਲੱਗ ਰਿਹਾ ਇਸ ਵਾਰ ਤੁਹਾਡੇ ਪਿੰਡ ਦਾ? ਸਰਪੰਚੀ ਤਾਂ ਵਧੀਆ ਜੀ, ਸਾਰਾ ਕੁਛ ਵਧੀਆ ਚੱਲੀ ਜਾਂਦਾ ਜੀ, ਅਤੇ ਵਧੀਆ ਆਪਣੇ ਬਿਨਾਂ ਲੜਾਈ ਪੜ੍ਹਾਈ ਤੋਂ ਵਧੀਆ ਇਲੈਕਸ਼ਨ ਹੁੰਦੇ ਆ ਜੀ, ਕੋਈ ਭੇਦਭਾਵ ਨਹੀਂ ਕਿਸੇ ਨਾਲ, ਅਤੇ ਸਾਰੇ ਰਲ ਮਿਲ ਕੇ ਰਹਿੰਦੇ ਵਧੀਆ। ਲੋਕਾਂ ਦੀ ਡਿਮਾਂਡ ਕੀ ਹੈ, ਕਿਹੋ ਜਿਹਾ ਸਰਪੰਚ ਚਾਹੀਦਾ ਲੋਕਾਂ ਨੂੰ? ਸਰਪੰਚ ਤਾਂ ਉਹ ਚਾਹੀਦਾ ਜੀ ਜਿਹੜਾ ਵੀ ਵੋਟ ਪਾਈ ਜਾਂ ਨਾ ਪਾਈ ਵੀ ਕੰਮ ਕਰੇ ਹਰੇਕ ਦਾ, ਸਾਰਿਆਂ ਦੀ ਇਹੀ ਡਿਮਾਂਡ ਹੈ, ਅਤੇ ਉਹੋ ਜਿਹਾ ਹੀ ਚੁਣਿਆ ਅਸੀਂ ਬੰਦਾ ਜੀ। ਕਿਉਂਕਿ ਅਕਸਰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਫਲਾਣੇ ਨੇ ਵੋਟ ਨਹੀਂ ਪਾਈ, ਮੈਂ ਉਹਦੇ ਸਾਈਨ ਨਹੀਂ ਕਰਨੇ, ਇਹ ਚੀਜ਼ ਹੋਈ ਹੈ ਪਿੰਡ ਦੇ ਵਿੱਚ? ਨਹੀਂ, ਅੱਜ ਤਾਂ ਹੀ ਹੋਈ ਨਹੀਂ ਅਤੇ ਨਾ ਹੀ ਹੋਵੇ ਕਦੇ ਜੀ ਇਹ ਚੀਜ਼। ਸਰਪੰਚ ਸਾਂਝਾ ਪਿੰਡ ਦਾ ਹੁੰਦਾ ਜੀ, ਸਾਂਝਾ ਹੁੰਦਾ ਹਰੇਕ ਬੰਦੇ ਦਾ, ਅਤੇ ਕੋਈ ਵੀ ਲਿਆ ਸਕਦਾ ਅਤੇ ਕੰਮ ਲੈ ਸਕਦੇ ਸਰਪੰਚ ਤੋਂ, ਸਾਂਝਾ ਹੀ ਹੈ ਜੀ ਅਤੇ ਸਾਂਝਾ ਹੀ ਰਹੂਗਾ ਸਦਾ। ਸਾਂਝੇ ਸਰਪੰਚ ਦੇ ਕਿੰਨੇ ਕੁ ਫਾਇਦੇ ਹੁੰਦੇ ਜਦੋਂ ਕਿਹਾ ਸਰਬਸੰਮਤੀ ਨਾਲ ਚੁਣਿਆ ਜਾਵੇ? ਸਾਂਝੇ ਸਰਪੰਚ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਜੀ, ਉਹ ਹਰੇਕ ਦਾ ਅੱਗੇ ਲੱਗ ਕੇ ਕੰਮ ਕਰਦਾ ਜੀ, ਅਤੇ ਬਾਕੀ ਜਿਹੜਾ ਸਾਡੇ ਪਿੰਡ ਦਾ ਸਰਪੰਚ ਚੁਣਿਆ ਗਿਆ ਇਹ ਜਿੱਥੇ ਮਰਜ਼ੀ ਵੇਖ ਲਓ ਗਲੀ ਗਲੀ ਵਿੱਚ ਤੁਰਿਆ ਫਿਰਦਾ ਹੈ। ਪਹਿਲਾਂ ਤਾਂ ਕਹਿੰਦੇ ਹੁੰਦੇ ਕਿ ਜਦੋਂ ਸਰਪੰਚ ਦੀਆਂ ਚੋਣਾਂ ਆ ਗਈਆਂ ਖਰਚਾ ਵੱਧ ਜਾਂਦਾ, 20-25 ਲੱਖ 30-30 ਲੱਖ ਨੂੰ ਸਰਪੰਚੀਆਂ ਜਾਂਦੀਆਂ, ਸਰਬਸੰਮਤੀ 'ਚ ਤਾਂ ਕਹਿ ਸਕਦੇ ਫਾਇਦਾ ਹੋ ਜੂਗਾ ਨਾ 25-30 ਲੱਖ ਦਾ? ਹਾਂਜੀ, ਸਰਬਸੰਮਤੀ ਦਾ ਬਹੁਤ ਜ਼ਿਆਦਾ ਫਾਇਦਾ ਜੀ, ਬਹੁਤ ਜ਼ਿਆਦਾ। ਇੱਕ ਗੱਲ ਹੋਰ ਹੈ, ਸਾਡੇ ਪਿੰਡ ਦੇ ਵਿੱਚ 80% ਆਬਾਦੀ SC ਹੈ, ਸਾਡੇ ਕਦੇ SC ਆਬਾਦੀ ਨੇ ਬੰਦੇ ਨੇ ਪੈਸਾ ਨਹੀਂ ਲਿਆ ਜੀ,
ਐਡੇ ਇਮਾਨਦਾਰੀ ਨਾਲ ਚੋਣ ਲੜਦੇ ਬੰਦੇ ਸਾਰੇ ਜੀ, ਫੇਅਰ ਇਲੈਕਸ਼ਨ ਹੁੰਦਾ ਹੈ, ਕੋਈ ਪੈਸਾ ਨਹੀਂ ਰਿਮਾਂਡ ਚੱਲਦਾ, ਕੁਛ ਨਹੀਂ ਚੱਲਦਾ ਜੀ, ਬਹੁਤ ਵਧੀਆ ਇਲੈਕਸ਼ਨ ਹੁੰਦਾ ਹੈ। ਯਾਨੀ ਕਿ ਪਹਿਲਾਂ ਜਿਹੜੀਆਂ ਚਰਚਾ ਚੱਲਦੀਆਂ ਹੁੰਦੀਆਂ ਸੀਗੀਆਂ 25-25-30-30 ਲੱਖ ਲੱਗ ਗਿਆ, ਉਹ ਨਹੀਂ ਹੁੰਦਾ ਇੱਥੇ ਪਿੰਡ? ਨਹੀਂ ਨਹੀਂ ਨਹੀਂ, ਸਾਡੇ ਬੰਦੇ, ਸਾਡੇ ਜਿੰਨੇ ਵੀ ਗਰੀਬ ਬੰਦੇ ਜਾਂ ਸਾਡੇ ਭਾਈਚਾਰੇ ਸਾਰੇ ਇੰਨੀ ਕਮਾਈ ਕਰਦੇ ਨਾ, ਲੋੜ ਹੀ ਨਹੀਂ, ਉਹਦੇ ਨਾਲ ਥੋੜ੍ਹੀ ਗੱਲ ਬਣਦੀ ਇਹਨਾਂ ਦੀ। ਇਹ ਤਾਂ ਬਹੁਤ ਬਹੁਤ ਪੈਸਾ ਕਮਾਉਂਦੇ, ਕਮਾਈ ਵਾਲੇ ਬੰਦੇ ਆ ਸਾਡੇ ਪਿੰਡ ਵਾਲੇ, ਕਮਾਈ ਕਰਕੇ ਆਪਦਾ ਘਰ ਚਲਾਉਂਦੇ। ਹਾਂਜੀ ਹਾਂਜੀ, ਸਾਡੇ ਨਹੀਂ ਲੱਗਦਾ। ਤਾਂ ਖਾਸ ਤੌਰ 'ਤੇ ਦੇਖਣਾ ਹੋਵੇਗਾ ਕਿ ਪਿੰਡ ਵੱਲੋਂ ਜਿਹੜੇ ਕਿ ਲੋਕਾਂ ਦਾ ਇਕੱਠ ਕਰਕੇ ਇੱਕ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ, ਹਾਲਾਂਕਿ ਹਜੇ ਦਿਨ ਕਾਫੀ ਪਏ ਨੇ, ਹੋਰ ਕੋਈ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਆ ਸਕਦਾ, ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਬਸੰਮਤੀ 'ਤੇ ਜ਼ੋਰ ਦਿੱਤਾ ਜਾਵੇਗਾ, ਪੜ੍ਹਿਆ ਲਿਖਿਆ ਸਰਪੰਚ ਹੋਵੇ ਜਿਹੜਾ ਪਿੰਡ ਦੇ ਲੋਕਾਂ ਦੇ ਮਸਲੇ ਹੱਲ ਕਰ ਸਕੇ, ਉਸ ਵਿਅਕਤੀ ਨੂੰ ਹੀ ਸਰਪੰਚ ਚੁਣਿਆ ਜਾਵੇ, ਅਤੇ ਵੋਟਾਂ ਪਵਾਉਣ ਦੀ ਬਜਾਏ ਜੇਕਰ ਸਾਰਾ ਭਾਈਚਾਰਾ ਮਿਲ ਕੇ, ਪਿੰਡ ਮਿਲ ਕੇ ਇੱਕ ਸਰਪੰਚ ਨੂੰ ਸਰਬਸੰਮਤੀ ਦੇ ਨਾਲ ਜਿਤਾਉਂਦਾ ਤਾਂ ਉਸ ਦੇ ਵਿੱਚ ਪਿੰਡ ਦਾ ਵੀ ਫਾਇਦਾ ਹੋਵੇਗਾ। ਹਾਲਾਂਕਿ ਦੇਖਣਾ ਹੋਵੇਗਾ ਜਿਸ ਸਰਪੰਚ ਨੂੰ ਇਸ ਪਿੰਡ ਵੱਲੋਂ ਉਮੀਦਵਾਰ ਦੇ ਤੌਰ 'ਤੇ, ਸਰਪੰਚ ਦੇ ਉਮੀਦਵਾਰ ਦੇ ਤੌਰ 'ਤੇ ਉਤਾਰਿਆ ਗਿਆ, ਉਹ ਕਿਸ ਤਰੀਕੇ ਦੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਕਿਹੜਾ ਮੈਨੀਫੈਸਟੋ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਜਿਵੇਂ ਜਿਵੇਂ ਗ੍ਰਾਮ ਪੰਚਾਇਤਾਂ ਚੋਣਾਂ ਦਾ ਐਲਾਨ ਹੋਇਆ, ਉਸ ਤੋਂ ਬਾਅਦ ਕਹਿ ਸਕਦੇ ਹਾਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰਨੇ ਸ਼ੁਰੂ ਹੋ ਚੁੱਕੇ ਨੇ। ਲੰਬੀ ਦੇ ਪਿੰਡ ਭਾਈਕਾ ਕੇਰਾ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ, ਜਿੱਥੇ ਕਹਿ ਸਕਦੇ ਹਾਂ ਪਹਿਲਾ ਉਮੀਦਵਾਰ ਜਿਹੜਾ ਚੋਣ ਮੈਦਾਨ ਦੇ ਵਿੱਚ ਆ ਚੁੱਕਿਆ। ਹਾਲਾਂਕਿ ਸਰਬਸੰਮਤੀ ਦਾ ਵੀ ਜ਼ਿਕਰ ਬਹੁਤ ਚੱਲਦਾ, ਪਰ ਦੇਖਣਾ ਹੋਵੇਗਾ ਕਿ ਚੋਣ ਮੈਦਾਨ ਦੇ ਵਿੱਚੋਂ ਕਿਹੜਾ ਵਿਅਕਤੀ ਹੈ ਜਿੱਤ ਕੇ ਆਪਣੇ ਜਿਹੜਾ ਕਿਲ੍ਹਾ ਉਹ ਫਤਿਹ ਕਰਦਾ। ਸਾਡੇ ਨਾਲ ਮੈਮ ਮੌਜੂਦ ਨੇ। ਮੈਮ, ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਅਤੇ ਸਰਪੰਚੀ ਦੇ ਉਮੀਦਵਾਰ ਹੈਗੇ ਹੁਣ? ਹਾਂਜੀ, ਪਹਿਲਾਂ ਮੇਰਾ ਨਾਮ ਬਰਿੰਦਰ ਕੌਰ ਹੈ, ਸਾਡੇ ਪਿੰਡ ਭਾਈਕੇ ਰਿਹਾ ਜੀ, ਅਤੇ ਸਾਰੇ ਨਗਰ ਨੇ ਸਾਨੂੰ ਮਤਲਬ ਕਿ ਚੁਣਿਆ, ਅਤੇ ਅਸੀਂ ਇਹਨਾਂ ਦੇ ਸਾਰੀਆਂ ਉਮੀਦਾਂ 'ਤੇ ਖਰੇ ਉਤਰਾਂਗੇ ਜੀ। ਕਿਹੜੇ ਕਿਹੜੇ ਕਹਿ ਸਕਦੇ ਮੈਨੀਫੈਸਟੋ ਦੇ ਵਿੱਚ ਗੱਲਾਂ ਹੋਣਗੀਆਂ, ਵਾਅਦੇ ਹੋਣਗੇ, ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰੋਂਗੇ ਕਿ ਸਰਪੰਚ ਬਣਨ ਤੋਂ ਬਾਅਦ ਪਹਿਲ ਦੇ ਆਧਾਰ 'ਤੇ ਇਹ ਚੀਜ਼ਾਂ ਦਾ ਹੱਲ ਹੋਏਗਾ? ਪਹਿਲੀ ਗੱਲ ਤਾਂ ਇਹ ਜੀ, ਸਾਡੇ ਪਿੰਡ ਦੇ ਵਿੱਚ ਮਤਲਬ ਕਿ ਬਹੁਤ ਅੱਛੇ ਕੰਮ ਹੋਏ ਨੇ, ਠੀਕ ਹੈ, ਜਿਹੜੇ ਅਧੂਰੇ ਕੰਮ ਰਹਿੰਦੇ ਨੇ ਸਾਡੀ ਜਨਤਾ ਦੇ ਜਾਂ ਮਤਲਬ ਸਾਡੇ ਭੈਣ ਭਰਾਵਾਂ ਦੇ, ਉਹ ਅਸੀਂ ਪਹਿਲ ਦੇ ਆਧਾਰ 'ਤੇ ਪੂਰੇ ਕਰਾਂਗੇ ਜੀ। ਅਤੇ ਦੂਸਰੀ ਗੱਲ ਇਹ ਹੈ ਵੀ ਸਾਡੇ ਜਿਹੜਾ ਪਾਣੀ ਦਾ ਨਿਕਾਸ ਹੈ, ਪਹਿਲੀ ਗੱਲ ਤਾਂ ਉਹ ਜਿਹੜਾ ਅਸੀਂ ਉਹਨੂੰ ਮਤਲਬ ਪ੍ਰੋਪਰ ਸਹੀ ਕਰਨਾ ਹੈ ਜੀ। ਅਕਸਰ ਚਰਚਾ ਚੱਲਦੀ ਹੁੰਦੀ ਹੈ, ਕਹਿੰਦੇ ਸਰਪੰਚ ਬਣ ਤਾਂ ਜਾਂਦੇ ਆ, ਜਿਹੜੇ ਪਹਿਲਾਂ ਵਾਲੇ ਕੰਮ ਹੁੰਦੇ ਆ ਉਹਨਾਂ ਨੂੰ ਵਿੱਚੇ ਰੋਲ ਦਿੰਦੇ ਆ, ਇਹ ਟਾਰਗੇਟ ਹੋਏਗਾ ਕਿ ਪਹਿਲਾਂ ਵਾਲੇ ਕੰਮਾਂ ਨੂੰ ਮੇਨਟੇਨ ਕਰਕੇ ਰੱਖਿਆ ਜਾਵੇ? ਹਾਂਜੀ ਹਾਂਜੀ, ਪਹਿਲਾਂ ਵਾਲੇ ਕੰਮ ਜਿਹੜੇ ਸਾਡੇ ਕੋਈ ਰਹਿੰਦੇ ਨੇ ਅਧੂਰੇ, ਅਸੀਂ ਉਹਨਾਂ ਨੂੰ ਮੇਨਟੇਨ ਕਰਾਂਗੇ ਜੀ, ਅਤੇ ਔਰ ਜਿਹੜੀ ਨਵੀਂ ਕੋਈ ਹੋਊਗੀ ਯੋਜਨਾ, ਉਹ ਵੀ ਅਸੀਂ ਸਾਰੇ ਆਪਣੇ ਪਰਿਵਾਰ ਨੂੰ, ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਸਾਰੀ ਸਹੂਲਤ ਹਰ ਦੇਵਾਂਗੇ ਜੀ। ਇਲੈਕਸ਼ਨ ਹੋਏਗੀ ਜਾਂ ਸਰਬਸੰਮਤੀ ਹੋਈ? ਅਸੀਂ ਤਾਂ ਚਾਹੁੰਦੇ ਹਾਂ ਜੀ, ਸਭ ਤੋਂ ਪਹਿਲੀ ਗੱਲ ਤਾਂ ਵੀ ਸਰਬਸੰਮਤੀ ਹੋ ਜਾਏ ਸ਼ਾਂਤੀ ਨਾਲ ਜੀ, ਸਾਰੇ ਭੈਣ ਭਰਾ ਰਲ ਕੇ ਇਸ ਨੂੰ ਸਿਰੇ ਚੜਾ ਲੈਣ ਕੰਮ ਨੂੰ, ਜੇ ਨਹੀਂ ਹੁੰਦੀ ਤਾਂ ਫਿਰ ਜੀ ਅਸੀਂ ਖੜੇ ਹਾਂ। ਪਿੰਡ ਦੇ ਵਿੱਚ ਹੁਣ ਤੱਕ ਮੁੱਖ ਕੰਮ ਕਿਹੜੇ ਹੋਏ ਆ, ਮੇਨਲੀ ਤੌਰ 'ਤੇ ਗੱਲ ਕੀਤੀ ਜਾਵੇ, ਕੋਈ ਕੰਮ ਅਧੂਰਾ ਹੈਗਾ ਜਾਂ ਕੰਮ ਰਹਿੰਦੇ ਆ ਹੁਣ? ਟੋਟਲ ਸਾਡੇ ਕੰਮ ਜੀ ਸਾਰੇ ਗਲੀਆਂ ਨਾਲੀਆਂ ਵਗੈਰਾ, ਜਿੱਦਾਂ ਆਪਾਂ ਕਹਿ ਦਿੰਦੇ ਵਾਟਰ ਵਰਕਸ ਵਗੈਰਾ, ਜਿੱਦਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਕੋਈ ਬਿਜਲੀ ਦਾ ਸਾਰਾ ਸਿਸਟਮ ਸਾਰੇ ਗਰੀਬਾਂ ਦੇ ਘਰਾਂ 'ਚ ਜੀ, ਹਰ ਇੱਕ ਦੇ ਵਾਟਰ ਵਰਕਸ ਦਾ ਪਾਣੀ ਪਹੁੰਚਿਆ ਹੋਇਆ ਜੀ, ਗਲੀਆਂ ਨਾਲੀਆਂ ਪੱਕੀਆਂ ਨੇ, ਸਾਰੇ ਮਤਲਬ ਸਿੱਧੀ ਟੱਟਾਂ ਲੱਗੀਆਂ ਹੋਈਆਂ ਨੇ ਜੀ, ਸਾਰਾ ਮਤਲਬ ਕਿ ਪ੍ਰੋਪਰ ਮਤਲਬ ਕੋਈ ਇੱਕ ਛੋਟ ਨਿੱਕੇ ਮੋਟੇ ਕੰਮ ਜਿਹੜੇ ਰਹਿੰਦੇ ਹੋਣਗੇ ਉਹ ਰਹਿੰਦੇ ਆ ਜੀ, ਅਦਰਵਾਈਜ਼ ਸਾਡੇ ਮਤਲਬ ਬਾਲ ਸਰਕਾਰ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਨੇ ਜਿਹੜੀਆਂ ਕਿ ਅਸੀਂ ਆਪਦੇ ਭੈਣਾਂ ਭਰਾਵਾਂ 'ਚ ਮੰਡੀਆਂ ਨੇ, ਅਤੇ ਅਸੀਂ ਦੂਸਰੇ ਪਾਸੇ ਕੋਈ ਹੋਰ ਸਰਪੰਚ ਦਾ ਉਮੀਦਵਾਰ ਆਇਆ ਜਾਂ ਹਜੇ ਤੱਕ ਪਹਿਲੇ ਉਮੀਦਵਾਰ? ਹਜੇ ਤੱਕ ਜੀ ਅਸੀਂ ਪਹਿਲੇ ਹਾਂ ਜੀ, ਉਹ ਦੇਖੋ ਜੀ ਕੋਈ ਐਲਾਨ ਕਰਦੇ ਆ ਤਾਂ। ਲੋਕਾਂ ਦਾ ਰਿਸਪੋਂਸ ਕਿਵੇਂ ਮਿਲ ਰਿਹਾ, ਚੋਣ ਪ੍ਰਚਾਰ ਕਰ ਰਹੇ ਹੋਣਗੇ ਲੋਕਾਂ ਕੋਲ ਜਾ ਰਹੇ ਹੋਣਗੇ, ਰਿਸਪੋਂਸ ਕਿਵੇਂ ਦਾ ਮਿਲ ਰਿਹਾ? ਬਹੁਤ ਅੱਛਾ ਮਿਲ ਰਿਹਾ ਸਾਡੇ ਸਾਰੇ ਭੈਣ ਭਰਾਵਾਂ ਦਾ, ਹਰ ਸਾਨੂੰ ਹਰ ਇਲੈਕਸ਼ਨ ਦੇ ਵਿੱਚ ਸਾਡੇ ਜਿਹੜੇ ਭੈਣ ਭਰਾ ਨੇ ਬਹੁਤ ਸਾਥ
ਦਿੰਦੇ ਨੇ ਜੀ। ਤਾਂ ਬਿਲਕੁਲ ਦੇਖੋ, ਖਾਸ ਤੌਰ 'ਤੇ ਕਹਿ ਸਕਦੇ ਹਾਂ ਜਿਹੜੇ ਉਮੀਦਵਾਰ ਨੇ ਸਰਪੰਚੀ ਦੇ, ਉਹ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਚੁੱਕੇ ਨੇ। ਹਾਲਾਂਕਿ ਲਗਾਤਾਰ ਹੁਣ ਕਹਿ ਸਕਦੇ ਕਾਗਜ਼ ਭਰਨ ਦੀ ਤਰੀਕ ਹੋਏਗੀ, ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਜੇਕਰ ਕੋਈ ਹੋਰ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਉਂਦਾ ਤਾਂ ਚੋਣ ਹੋਏਗੀ, ਨਹੀਂ ਤਾਂ ਸਰਬਸੰਮਤੀ ਹੋਏਗੀ। ਪਰ ਜਿੱਥੇ ਕਹਿ ਸਕਦੇ ਸਿੱਧੇ ਤੌਰ 'ਤੇ ਲੋਕਾਂ ਦਾ ਕਹਿਣਾ ਕਿ ਸਰਬਸੰਮਤੀ ਬਹੁਤ ਜ਼ਰੂਰੀ ਆ, ਭਾਈਚਾਰਾ ਜਿਹੜਾ ਏਕਤਾ ਸਾਂਝ ਆ ਉਹ ਕਾਇਮ ਰਹਿੰਦੀ ਆ, ਪਰ ਦੇਖਣਾ ਹੋਵੇਗਾ ਕਿ ਸਰਬਸੰਮਤੀ ਹੁੰਦੀ ਆ ਜਾਂ ਚੋਣ ਹੁੰਦੀ ਆ। ਜੋ ਉਮੀਦਵਾਰ ਨੇ ਉਹ ਆਪਣਾ ਜਿਹੜਾ ਮੈਨੀਫੈਸਟੋ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ, ਅਤੇ ਲੋਕਾਂ ਦਾ ਦੇਖਣਾ ਹੋਵੇਗਾ ਕਿ ਕਿਸ ਵਿਅਕਤੀ ਨੂੰ ਕਿਸ ਸਰਪੰਚ ਦੇ ਹੱਕ ਦੇ ਵਿੱਚ ਫਤਵਾ ਦਿੰਦਾ, ਅਤੇ ਨਾਮ ਦੇ ਅੱਗੇ ਕਿਸ ਵਿਅਕਤੀ ਦੇ ਅੱਗੇ ਸਰਪੰਚ ਲੱਗਦਾ। ਕੈਮਰਾ ਪਰਸਨ ਤਜਿੰਦਰ ਦੇ ਨਾਲ ਕਮਲਦੀਪ ਜੀ, ਮੀਡੀਆ, ਭਾਈਕਾ ਕੇਰਾ।